देशों विदेशों की खबर देखने लिए सब्सक्राइब करो साडा चैनल ते बेल आइकन दबाना ना भूलना। मंगलवार देर रात आई मीह नेरी ने फगवाड़ा वासियों का किया भारी नुकसान। हुशियारपुर रोड से पेंदे 66 KV सब स्टेशन दे विच भरिया पानी, 12 घंटे गुल रही अधे शहर की बिजली। मंगलवार देर रात चली मीह अते हनेरी ने फगवाड़े दे विच वख-वख थावां ते भारी नुकसान किया है। किते लोकां दे शीशे भन्ने हन अते किते दरख्त सड़कां ते डिगे नज़र आए हन। उधर ही हुशियारपुर रोड ते पेंदे 66 KV स्टफ सब स्टेशन बिजली घर विच मीह दे कारण पानी इन्ना कु भर गया कि 12 घंटे बत्ती बंद रही। फगवाड़ा अते उसदे आले दुआले पिंडां दे विच लोक काफ़ी परेशान रहे। 12 घंटिया बाद भी पानी कढ़न दे विच फायर ब्रिगेड और नगर निगम दी टीमां नूं बड़ी ही मुशक्कत का सामना करना पिया। इस संबंधी जदों बिजली महकमे दे SDO अजीत सिंह नाल गलबात की गई तो उन्हां दस्या कि देर रात पानी भर हो जाण दे कारण उन्हां नूं सब स्टेशन बंद करना पिया। उन्हां दस्या कि ठेके ते भर्ती मुलाजमां दी आखिरी डेट 31 अगस्त सी, अज कोई भी ठेके वाला मुलाजम फोरमैन जिहड़ा है ड्यूटी ते नहीं है। इस कारण उन्हां को मैन पावर घट होण दे कारण मुशक्कत का सामना करना पै रहा है, पर जल्द ही पूरे इलाके की बिजली वापस दे दी जाएगी। रात 10:30 तो बाद दे विच आई आ मीह नेरी आया सी। ਉਹ ਇੱਥੇ ਸਾਡੇ ਏਰੀਏ ਦੇ ਵਿੱਚ ਜ਼ਿਆਦਾ ਆਉਣ ਕਰਕੇ ਕੁਛ ਲਾਈਨਾਂ ਲੋਈਨਾਂ ਖਰਾਬ ਹੋ ਗਈਆਂ। ਸਬ ਸਟੇਸ਼ਨ ਦੇ ਅੰਦਰ ਸਾਰੇ ਦੇ ਅੰਦਰ ਪਾਣੀ ਭਰ ਗਿਆ। ਪਾਣੀ ਭਰਨ ਦੇ ਨਾਲ ਜਿਹੜਾ ਉਹਦੇ ਥੱਲੇ ਫਰਸ਼ ਤੱਕਰ ਸੀ ਉਹਦੇ ਉੱਪਰ ਪਾਣੀ ਆ ਗਿਆ। ਉਹਨਾਂ ਨੂੰ ਸਾਰੀਆਂ ਟਰਾਂਸਫਾਰਮਰ ਆਪਣੇ ਬੰਦ ਕਰਨੇ ਪੈ ਗਏ। ਇਹ ਸਾਡੇ ਹੈਗੇ SSC ਇੱਥੇ ਬਲਵੀਰ ਸਿੰਘ ਹੁਣੀ ਆ ਸਬ ਸਟੇਸ਼ਨ 'ਤੇ, ਅਤੇ ਉਹਨਾਂ ਨੇ ਲਾਈਨਾਂ ਬੰਦ ਕਰਾਤੀਆਂ। ਫਿਰ ਉਹਨਾਂ ਨੂੰ ਚਾਲੂ ਕਰਨਾ ਪਾਣੀ ਦੇ ਵਿੱਚ ਮੁਸ਼ਕਲ ਹੋ ਗਿਆ, ਅਤੇ ਹਨੇਰੀ ਆਉਣ ਨਾਲ ਬਾਹਰਲੇ ਪਾਸੇ ਕਾਫੀ ਦਰਖਤ ਵੀ ਟੁੱਟ ਗਏ। ਅਤੇ ਇੱਕ ਤਾਂ ਕਾਰਨ ਇਹ ਸੀ ਬੰਦ ਹੋਣ ਦਾ, ਦੂਜਾ ਸਾਡੇ ਕੋਲ ਇਹਨੂੰ ਦੁਬਾਰਾ ਚਾਲੂ ਕਰਨ ਦੇ ਵਿੱਚ ਜਿਹੜੀ ਦੇਰੀ ਹੋਈ ਆ ਉਹਦੇ ਵਿੱਚ ਸਾਡੇ ਜਿਹੜੇ ਠੇਕੇ 'ਤੇ ਭਰਤੀ ਮੁਲਾਜ਼ਮ ਸੀ ਉਹ ਠੇਕੇ ਦਾ ਜਿਹੜਾ ਟੈਂਡਰ ਆ ਉਹ 31/8 ਤੱਕਰ ਸੀ, 1/9 ਤੋਂ ਨਵਾਂ ਲੱਗਣਾ ਸੀ, ਪਰ ਉਹ ਨਵਾਂ ਜਿਹੜਾ ਟੈਂਡਰ ਸੀ ਜਿਹੜਾ ਬਠਿੰਡੇ ਦੀ ਕੋਈ ਕੰਪਨੀ ਹੈਗੀ ਆ ਉਹ ਸਾਨੂੰ ਬੰਦੇ ਉਹਨਾਂ ਨੇ ਦਿੱਤੇ ਨਹੀਂ, ਅਤੇ ਉਹਦੇ ਕਰਕੇ ਸਾਨੂੰ ਜਿਹੜੀਆਂ ਲਾਈਨਾਂ ਵਗੈਰਾ ਚਲਾਉਣ ਦੇ ਵਿੱਚ ਮੁਸ਼ਕਲ ਆਈ ਆ। ਮੇਨ ਇਹਦਾ ਕਾਰਨ ਇਹ ਸੀ ਸਾਡੇ ਕੋਲ ਜਿਹੜਾ ਸਟਾਫ ਸੀ ਨਾ ਲਗਭਗ 17 ਸੀ ਕੰਪਲੇਂਟ ਹੈਂਡਲਿੰਗ ਸਟਾਫ ਦੇ ਮੈਂਬਰ ਜਿਹੜੇ ਸੀ ਉਹ 17 ਦੇ 17 ਸਾਡੇ ਕੋਲ ਅਵੇਲੇਬਲ ਨਹੀਂ ਸੀ ਹੈਗੇ। ਫਿਰ ਵੀ ਅਸੀਂ ਕੋਸ਼ਿਸ਼ ਕਰਕੇ ਜਿੰਨੀਆਂ ਲਾਈਨਾਂ ਚੱਲ ਸਕਦੀਆਂ ਸੀ ਜਿਸ ਵੇਲੇ ਸਾਡੇ ਸਵਿੱਚ ਆਨ ਹੋਣੇ ਸ਼ੁਰੂ ਹੋਏ ਅਸੀਂ ਉਹ ਚਲਾਤੀਆਂ। ਕੁਛ ਕੁ ਏਰੀਏ ਦੇ ਵਿੱਚ ਜਿੱਥੇ ਦਰਖਤ ਵਗੈਰਾ ਡਿੱਗੇ ਸੀ ਉਹ ਦਰਖਤਾਂ ਨੂੰ ਲਾਈਨ ਤੋਂ ਹਟਾ ਕੇ ਚਾਲੂ ਹੋ ਗਿਆ। ਮੇਰਾ ਖਿਆਲ ਹੈ ਵੀ ਇਸ ਵੇਲੇ ਸਾਡੀ ਲਗਭਗ 100% ਕਿਹੋ ਜੀ ਹੋ ਚੁੱਕੀ ਹੈ। ਇੱਕ ਸਾਡਾ ਹੁਸ਼ਿਆਰਪੁਰ ਰੋਡ ਦਾ ਫੀਡ ਰਹਿੰਦਾ ਆ ਉਹਦੀਆਂ ਇੱਕ ਜਗ੍ਹਾ ਤਾਰਾਂ ਸੜੀਆਂ ਸੀ ਉਹ ਵੀ 5-7 ਮਿੰਟ ਦੇ ਵਿੱਚ ਚਾਲੂ ਹੋ ਜਾਣਾ ਆ। ਪਾਣੀ ਦੀ ਤਾਂ ਹੁਣ ਸਮੱਸਿਆ ਜਿਹੜੀ ਸਾਡੀ ਦਫ਼ਤਰ ਦੇ ਅੰਦਰ ਆਉਣ ਜਾਣ ਦੀ ਰਹਿ ਗਈ ਆ, ਪਰ ਜਿਹੜੀ ਬਿਜਲੀ ਚਾਲੂ ਕਰਨ ਦੇ ਵਿੱਚ ਆ ਇਹਦਾ ਕੋਈ ਖਾਸ ਐਡਾ ਰੋਲ ਨਹੀਂ ਰਿਹਾ ਇਸ ਵੇਲੇ। ਉਹ ਸਾਡੇ ਦਫ਼ਤਰ ਦੇ ਅੰਦਰ ਜਾਣ ਵਾਸਤੇ ਨੀਵਾਂ ਹੋਣ ਕਰਕੇ ਕੁਛ ਪਿੱਛੇ ਮੰਡੀ ਦੇ ਵਿੱਚੋਂ ਪਾਣੀ ਜਿਹੜਾ ਆ ਉਹ ਕੰਧਾਂ ਦੇ ਵਿੱਚ ਹੀ ਆ ਗਿਆ, ਉਹਦੇ ਕਰਕੇ ਸਾਡੇ ਜ਼ਿਆਦਾ ਦਿੱਕਤ ਆਈ ਆ। ਇੱਦਾਂ ਸਰ ਸਾਨੂੰ ਫਾਇਰ ਬ੍ਰਿਗੇਡ ਫਗਵਾੜਾ ਨੂੰ ਸੂਚਨਾ ਮਿਲੀ ਸੀਗੀ ਕਿ ਹੁਸ਼ਿਆਰਪੁਰ ਰੋਡ ਬਿਜਲੀ ਘਰ ਵਿਖੇ ਬਹੁਤ ਜ਼ਿਆਦਾ ਪਾਣੀ ਦੀ ਸਮੱਸਿਆ ਆ ਗਈ, ਪਾਣੀ ਇਕੱਠਾ ਹੋ ਗਿਆ ਜਿਹਦੇ ਕਰਕੇ ਆਨ ਜਨਤਾ ਨੂੰ ਆਉਣ ਜਾਣ 'ਚ ਬਹੁਤ ਦਿੱਕਤ ਹੋ ਰਹੀ ਹੈਗੀ ਹੈ ਅਤੇ ਬਿਜਲੀ ਘਰ ਦਾ ਕੰਮ ਵਿਭਾਗ ਦਾ ਕੰਮ ਵੀ ਠੱਪ ਹੋ ਗਿਆ ਹੈਗਾ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਦਿੱਕਤ ਤਕਲੀਫ ਆ ਰਹੀ ਸੀਗੀ। ਅਤੇ ਫਾਇਰ ਬ੍ਰਿਗੇਡ ਫਗਵਾੜਾ ਤੋਂ ਇੱਥੇ ਪਹੁੰਚਣ ਤੋਂ ਪਹਿਲੇ ਵਾਟਰ ਸੀਵਰੇਜ ਬੋਰਡ ਮਿਊਂਸੀਪਲ ਕਾਰਪੋਰੇਸ਼ਨ ਫਗਵਾੜਾ ਦਾ ਇੱਥੇ ਆਪਣੀ ਮਸ਼ੀਨਰੀ ਦੇ ਨਾਲ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਅਤੇ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਫਗਵਾੜਾ ਨੇ ਮੌਕੇ 'ਤੇ ਆ ਕੇ ਆਪਣੀ ਇੱਕ ਫਾਇਰ ਟੈਂਡਰ ਦੇ ਇੱਕ ਪੋਰਟੇਬਲ ਪੰਪ ਨਾਲ ਪਾਣੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਤਾਂ ਬਹੁਤ ਸਪੀਡ ਦੇ ਨਾਲ ਪਾਣੀ ਬਾਹਰ ਨਿਕਲ ਰਿਹਾ ਹੈ ਅਤੇ ਸ਼ਾਇਦ 1-2 ਘੰਟੇ ਦੇ ਵਿੱਚ ਸਾਰਾ ਪਾਣੀ ਕੱਢ ਕੇ ਬਾਹਰ ਆਮ ਜਨਤਾ ਨੂੰ ਆਉਣ ਵਾਲੀ ਤਕਲੀਫ ਤੋਂ ਹੱਲ ਕਰ ਦਿੱਤਾ ਜਾਵੇਗਾ। ਫਾਇਰ ਬ੍ਰਿਗੇਡ ਫਗਵਾੜਾ ਨੂੰ ਹਾਲੇ ਥੋੜ੍ਹਾ ਹੀ ਟਾਈਮ ਹੋਇਆ ਹੈਗਾ, ਆਲਮੋਸਟ 1/2 ਘੰਟਾ ਹੋਇਆ, ਪਰ ਜਿਹੜਾ ਸੀਵਰੇਜ ਬੋਰਡ ਹੈਗਾ ਉਹ ਸਵੇਰ ਦੇ 9 ਵਜੇ ਦੇ ਸ਼ਦ ਪਾਣੀ ਕੱਢ ਰਹੇ ਹੈਗੇ। ਉਹ ਸਾਹਮਣੇ ਖਾਲੀ ਪਲਾਟ ਪਏ ਹੋਏ ਅਤੇ ਸਾਹਮਣੇ ਜਿਹੜਾ ਵੱਡਾ ਸੀਵਰੇਜ ਦਾ ਹੋਲ ਹੈਗਾ, ਸ਼ਹਿਰ ਦਾ ਡਰੇਨ ਸਿਸਟਮ ਜਿਹੜਾ ਜਾ ਰਿਹਾ ਪਲਾਈ ਰੋਡ ਨੂੰ ਵੱਡਾ ਸੀਵਰ ਟ੍ਰੀਟਮੈਂਟ ਪਲਾਂਟ ਉਹਦੇ ਵਿੱਚ ਪਾਇਆ ਜਾ ਰਿਹਾ ਹੈਗਾ ਇਹ।